ਰਾਜ ਮੰਗਤੇ ਇੱਕ ਹੋ ਜਾਣਾ ਜਦ ਮਿੱਟੀ ਦੀ ਪੈ ਗਏ ਢੇਰੀ ਕੌਣ ਕਿਸੇ ਨੂੰ ਦੇ ਸਕਦਾ ਕੁਝ ਤੂੰ ਦਾਤੇ ਅੱਗੇ ਪੱਲਾ ਅੱਡੀ ਸਾਰੀ ਦੁਨੀਆ ਛੱਡ ਦੇ ਭਾਵੇਂ ਉਸ ਮਾਲਕ ਦਾ ਦਰਨਾ ਛੱਡੀ ਵਾਹ ਵਾਹ ਮੌਜ ਫਕੀਰਾ ਤੇਰੀ ਦੇਣ ਲੱਗ ਜਾ ਕਰ ਜਦੋਂ ਜ਼ਮੀਨ ਦੀ ਗੱਲ ਆ ਜੇ ਉਦੋਂ ਆਪਦੀਆਂ ਮਾਰਨ ਲੱਗ ਜੂਗਾ ਆ ਹੁਣ ਤੇਰੇ ਨਾ ਰੋਜ਼ ਰੋਜ਼ ਦੇ ਲਾਰੇ ਨਹੀਂ ਚੱਲਣੇ ਜੇ ਤੈਨੂੰ ਘਰੋਂ ਕੱਢਤਾ ਨਾ ਫੇਰ ਨਾ ਪਿੰਡ ਵਾਲਿਆਂ ਨੂੰ ਕਹਿੰਦਾ ਫਿਰੀ ਵੀ ਮੁੰਡੇ ਨੇ ਰੱਖਿਆ ਨਹੀਂ ਰੋਟੀ ਤੈਨੂੰ ਮੈਂ ਦਿੰਦਾ ਜੇ ਰੋਟੀ ਖਾਣੀ ਆ ਤਾਂ ਹੁਣੇ ਮੇਰੇ ਨਾਮ 'ਤੇ ਜ਼ਮੀਨ ਲਵਾ ਦੇ ਨਹੀਂ ਤਾਂ ਕੱਲ੍ਹ ਨੂੰ ਜੇ ਕੁਛ ਹੁੰਦਾ ਵੱਡੇ ਜਾਂ ਛੋਟੇ ਨੇ ਆ ਕੇ ਇੱਥੇ ਤਿਲ ਫਿੜ ਜੀ ਕਰੀ ਨਾ ਤਾਂ ਮੈਥੋਂ ਬੁਰਾ ਕੋਈ ਨਹੀਂ ਹੋਣਾ ਫਿਰ ਰੋਟੀਆਂ ਜਿੱਥੋਂ ਮਿਲਦੀਆਂ ਹੋਈਆਂ ਫਿਰ ਇਹਨੂੰ ਆ ਕੇ ਨਾ ਬੜੀ ਇੱਥੇ ਠੀਕ ਆ ਨਾ ਸਮਝਾ ਦੇ ਇਹਨੂੰ ਚੰਗੀ ਤਰ੍ਹਾਂ ਤੇ ਨਹੀਂ ਤਾਂ ਮੈਥੋਂ ਬੁਰਾ ਕੋਈ ਨੀ ਆਹੋ ਕਹੀ ਤਾਂ ਜਾਂਦਾ ਇਹਨੂੰ ਹੋਰ ਡਾਂਗ ਮਾਰ ਰਹੇ ਨੇ ਦਰ ਦਰ ਫਿਰਦਾ ਇਹ ਮਨ ਕੁੱਤਾ ਦਰ ਦਰ ਫਿਰਦਾ ਤੇ ਦਰ ਦਰ ਦੁਰ ਦੁਰ ਜੇ ਇੱਕ ਦਰ ਦਾ ਬਣ ਜਾਵੇ ਤਾਂ ਸਾਨੂੰ ਦੁਰ ਦੁਰ ਹੋਵੇ ਤੇਰੀ ਤਾਂ ਹਸਤੀ ਹੈ ਕਿਣਕਾ ਤੇਰੀ ਤਾਂ ਹਸਤੀ ਹੈ ਕਿਣਕਾ ਪਰ ਉਹਦੀ ਹਸਤੀ ਸਭ ਤੋਂ ਵੱਡੀ ਸਾਰੀ ਦੁਨੀਆ ਛੱਡ ਦੇ ਭਾਵੇਂ ਉਸ ਮਾਲਕ ਦਾ ਦਰਨਾ ਛੱਡੀ ਵਾਹ ਵਾਹ ਮੌਜ ਫਕੀਰਾ ਤੇਰੀ ਲੈ ਉਹ ਅੱਜ ਇੱਕ ਹੋਰ ਨਾਮ ਆ ਗਿਆ ਹੁਣ ਉਹ ਤੁਹਾਨੂੰ ਕੋਈ ਸੰਗ ਸ਼ਰਮ ਹੈ ਨਹੀਂ ਬੰਦੇ ਨੂੰ ਚਾਹ ਵੀ ਨਹੀਂ ਪੀਣ ਦਿੰਦਾ ਸਵੇਰੇ ਸਵੇਰੇ ਮੂੰਹ ਚੱਕ ਕੇ ਆ ਜਾਣਗੇ ਤੜਕੇ ਲਹੂ ਪੀਣ ਲੱਗ ਜਾਂਦੇ ਆ ਉਹ ਹੱਟਾ ਕੱਟਾ ਹੈਗਾ ਭਰਾਵਾ ਕੋਈ ਕੰਮ ਕਾਰ ਕਰ ਲਿਆ ਕਰ ਜਿਹਦਾ ਜਦੋਂ ਜੀ ਕਰਦਾ ਮੰਗਣ ਤੁਰ ਪੈਂਦੇ ਹੋ ਯਾਰ ਉਹ ਹੈ ਨਹੀਂ ਕੁਛ ਇੱਥੇ ਓਏ ਚੱਲ ਬਾਜਾ ਤੂੰ ਵਾਰਸ ਓਏ ਜੇ ਕੱਲ ਨੂੰ ਕਿਹੋ ਜਿਹਾ ਆਇਆ ਨਾ ਕੁੱਤਾ ਛੱਡ ਦੀ ਮਗਰ ਦੇ ਪਹਿਲਾਂ ਆਪਣਾ
ਬਣਾ ਕੇ ਵਿੱਚ ਕੁਦਰਤ ਕੀਤਾ ਵਾਸਾ ਏ। ਪੰਜ ਤੱਤਾਂ ਵਿੱਚ ਸਾਫ ਫੂਕ ਕੇ ਬੈਠਾ ਵੇਖਿਆ ਤਮਾਸ਼ਾ ਏ। ਭਵਜਲ ਵਿੱਚੋਂ ਪਾਰ ਹੋਣਾ ਜੇ ਜਲ ਵਿੱਚੋਂ ਪਾਰ ਹੋਣਾ ਜੇ ਪੜਿਆ ਕਰ ਸਤਿਗੁਰ ਦੀ ਚੰਡੀ। ਸਾਰੀ ਦੁਨੀਆ ਛੱਡ ਦੇ ਪਾਵੇ ਉਸ ਮਾਲਕ ਦਾ ਦਰਨਾ ਛੱਡੀ। ਵਾਹ ਵਾਹ ਮੌਜ ਫਕੀਰਾ ਤੇਰੀ। ਲੈ ਤਾਂ ਕੀ ਹੈ, ਇਹ ਤਾਂ ਮੈਂ ਵੀ ਕਰ ਦੂੰਗੀ। ਲੈ ਫੜ, ਲੈ ਇੰਨੇ ਤਾਂ ਕਰਨਾ ਸੀ। ਲੈ ਬਾਬਾ ਲੱਕ ਥੋੜੀ ਮਾਰ ਜਾ। ਬਾਬਾ ਜੀ ਤੁਸੀਂ ਬਹੁਤ ਸੋਹਣਾ ਗਾਉਂਦੇ ਹੋ। ਹੇ ਵਾਹਿਗੁਰੂ, ਹੇ ਸੱਚੇ ਪਾਤਸ਼ਾਹ, ਅੱਗੇ ਤੇਰੀਆਂ ਬਥੇਰੀਆਂ ਮਿਹਰਾਂ ਨੇ, ਕਿਰਪਾ ਕਰੀ ਦਾਤਾ, ਇਸ ਵਾਰੀ ਮੁੰਡੇ ਦਾ ਕੈਨੇਡਾ ਦਾ ਵੀਜ਼ਾ ਲੱਗ ਜੇ। ਹੇ ਮੇਰੇ ਮਾਲਕਾ, ਨਾਲ ਲੱਗਦੀ ਕਿੱਲਾ ਪੈਲੀ ਹੋਰ ਬਣ ਜੇ, ਅਤੇ ਇੱਕ ਅਰਜ਼ ਹੋਰ, ਨਵਾਂ ਟਰੈਕਟਰ ਵੀ ਲੈਣਾ। ਬਸ ਇੰਨਾ ਕੁ ਕਰ ਦੀ, ਬਾਕੀ ਮੈਂ ਆਪੇ ਦੇਖ ਲਉ। ਵਾਹਿਗੁਰੂ ਵਾਹਿਗੁਰੂ। ਚੱਲ ਨਵੇਂ ਟਰੈਕਟਰ ਦਾ ਹੋ ਜੇ, ਇਹ ਵੀ ਵਧੀਆ ਹੋ ਜੂਗਾ। ਡੈਡੀ ਬਾਹਰ ਕੋਈ ਆਇਆ? ਡੈਡੀ ਬਾਹਰ ਕੋਈ ਆਇਆ? ਸਾਗਰ ਪੁੱਤ ਗੱਲ ਸੁਣ, ਐਵੇਂ ਕਰ, ਦੋ ਤਿੰਨ ਫੁਲਕੇ ਚੱਕ ਲਿਆ ਜਾਂ ਪਏ ਆ ਡੱਬੇ 'ਚ ਜਾ। ਠੀਕ ਆ ਮੰਮੀ, ਮੈਂ ਹੁਣੀ ਲੈ ਕੇ ਆਉਣਾ। ਹੋਰ ਬੇਬੇ, ਪਈਆਂ ਖਰਾਬ ਹੀ ਹੋਣਗੀਆਂ, ਚੱਲ ਕਿਸੇ ਦੇ ਮੂੰਹ 'ਚ ਪੈ ਜਾਣਗੀਆਂ। ਕੌਣ ਹੈ ਭਾਈ ਤੂੰ? ਅੱਛਾ ਤੇ ਇੱਥੇ ਖੜਾ ਹੀ ਕਰਦਾ ਹੈ? ਉਹ ਕਿਉਂ ਮੰਗਣ 'ਤੇ ਲੱਕ ਬੰਨਿਆ ਹੋਏ? ਕਮਾ ਕੇ ਨਹੀਂ ਖਾਈਦਾ, ਉਈ ਤੁਰੇ ਫਿਰਦੇ ਆ। ਹੱਟਾ ਕੱਟਾ ਪਿਆ, ਸ਼ਰਮ ਨਹੀਂ ਆਉਂਦੀ? ਜਾ ਭੱਜ ਇੱਥੋਂ। ਇਹੋ ਜਿਹੇ ਮੰਗਤੀ ਰਾਤ ਨੂੰ ਚੋਰੀਆਂ ਕਰਦੇ ਆ, ਦੂਰੋਂ ਮੋੜ ਦਿਆ ਕਰੋ ਇਹੋ ਜਿਹਿਆਂ ਨੂੰ। ਚੰਦਰੇ ਐਵੇਂ ਨਹੀਂ ਕਿਸੇ ਨੂੰ ਮਾੜਾ ਬੋਲੀ ਦਾ। ਉਹ ਮਾੜਾ ਨਾ ਬੋਲਾਂ ਤਾਂ ਹੋਰ ਕੀ ਬੋਲਾਂ, ਐਵੇਂ ਹਰੇਕ ਮੂੰਹ ਚੱਕ ਕੇ ਮੰਗਣਾ ਆ ਜਾਂਦਾ। ਤੁਸੀਂ ਵੀ ਤਾਂ ਰੱਬ ਅੱਗੇ ਹੁਣ ਵੱਡੇ ਮੰਗਤੇ ਬਣੇ ਖੜੇ ਸੀ। ਮੰਮੀ ਦੋ ਤਿੰਨ ਰੋਟੀਆਂ ਮਿਲ ਗਈਆਂ ਡੱਬੇ ਚੋਂ। ਚੱਲ ਵਧੀਆ ਪੁੱਤ, ਦਿਆ ਭੱਜ ਕੇ। ਕੀ ਹੋਇਆ? ਡੈਡੀ ਬਾਬਾ ਤਾਂ ਗਿਆ। ਚੱਲ ਕੋਈ ਨਾ ਡੈਡੀ,
ਜਦੋਂ ਇਹ ਬਾਬਾ ਦੁਬਾਰੇ ਆਊਗਾ ਨਾ, ਉਦੋਂ ਆਪਾਂ ਇਹਨੂੰ ਮੰਜੇ 'ਤੇ ਬਿਠਾ ਕੇ ਵਧੀਆ ਸਬਜ਼ੀ ਨਾਲ ਰੋਟੀ ਖਵਾ ਦਾਂਗੇ, ਠੀਕ ਆ? ਚੜ ਗਈਆਂ ਪੱਤੀਆਂ ਕੰਡਿਆਂ ਦੇ ਨਾਲ ਖੇ, ਫਿਰ ਕਰੂੰ ਗਲਾਂ ਫੁੱਟਣੀਆਂ ਕਈ ਨਵੀਆਂ ਲਗਰਾਂ ਲੈ ਲੈ ਕੇ, ਛੱਡ ਦੇ ਤੁਰਨਾ ਅੰਦਰੋਂ ਫੁਰਨਾ, ਹੋ ਛੱਡ ਦੇ ਤੁਰਨਾ ਅੰਦਰੋਂ ਫੁਰਨਾ, ਲੰਘ ਨਾ ਜਾਏ ਕਿਤੇ ਸਮੇਂ ਦੀ ਗੱਡੀ, ਸਾਰੀ ਦੁਨੀਆਂ ਛੱਡ ਦੇ ਪਾਵੇਂ ਉਸ ਮਾਲਕ ਦਾ ਦਰਨਾ, ਛੱਡੀ ਵਾਹ ਵਾਹ ਮੌਜ ਫਕੀਰਾ ਤੇਰੀ।